ਜਾਖੜ ਸਾਹਿਬ, ਪੰਜਾਬ ਦੀ ਰਾਜਨੀਤੀ ਚ ਬੀਜੇਪੀ ਤੇ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਨੇ। ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਕਦੀ ਪ੍ਰਤਾਪ ਬਾਜਵਾ ਇਲਜ਼ਾਮ ਲਗਾਉਂਦੇ ਨੇ, ਕਦੀ ਅਕਾਲੀ ਦਲ ਇਲਜ਼ਾਮ ਲਗਾਉਂਦੇ ਨੇ, ਲੇਕਿਨ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਤੁਹਾਡੇ ਫਾਦਰ ਸਾਹਿਬ ਦਾ, ਜਦੋਂ ਸਪੀਕਰ ਦੀ ਚੋਣ ਹੋ ਰਹੀ ਸੀਗੀ, ਓਮ ਬਿਰਲਾ ਹੋਰਾਂ ਨੂੰ ਚੁਣਿਆ ਗਿਆ। ਬਿਲਕੁਲ, ਚਾਹ ਸਾਹਿਬ ਇਕੱਲੇ ਵਾਹਿਦ ਸਪੀਕਰ ਰਹੇ ਹੈ ਦੇਸ਼ ਦੀ ਲੋਕ ਸਭਾ ਦੇ, ਜਿਨ੍ਹਾਂ ਨੇ ਦੋ ਵਾਰੀ ਆਪਣੀ ਟਰਮ ਕੰਪਲੀਟ ਕੀਤੀ ਹੈ ਬਤੌਰ ਸਪੀਕਰ ਲੋਕ ਸਭਾ। ਅਤੇ ਮੈਨੂੰ ਇਸ ਗੱਲ ਦਾ ਮਾਣ ਅਤੇ ਫਖਰ ਵੀ ਹੈ ਵੀ ਉਹਨਾਂ ਨੇ ਇਕੱਲਾ ਆਪਣਾ ਕਾਰਜਕਾਲ ਹੀ ਪੂਰਾ ਨਹੀਂ ਕੀਤਾ, ਦੋ ਵਾਰੀ ਉਹਨਾਂ ਨੇ ਉਸ ਅਹੁਦੇ ਦੀ ਗਰਮਾ ਵਧਾਈ ਹੈ। ਉੱਥੇ ਬੈਠ ਕੇ ਅੱਜ ਵੀ ਜਿਹੜੇ ਉਸ ਸਮੇਂ ਦੇ ਸਾਂਸਦ ਹੈ, ਉਸ ਸਮੇਂ ਦੇ ਪਾਰਲੀਮੈਂਟੇਰੀਅਨ ਹੈ, ਯਾਦ ਕਰਦੇ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਉਸ ਅਹੁਦੇ ਦੀ ਗਰਿਮਾ ਦੇ ਉੱਤੇ ਪਹਿਰਾ ਦਿੱਤਾ ਅਤੇ ਉਹਦੀ ਸ਼ਾਨ ਸ਼ੌਕਤ 'ਚ ਇਜਾਫਾ ਹੀ ਕੀਤਾ, ਉਸ 'ਚ ਦੇਸ਼ ਦਾ ਨਾਮ ਵੀ ਉੱਚਾ ਕੀਤਾ। ਹੁਣ ਪੰਜਾਬ ਦੀ ਰਾਜਨੀਤੀ 'ਤੇ ਆਉਣਾ, ਅਕਾਲੀ ਦਲ ਦੀ ਕੱਲ੍ਹ ਤੁਸੀਂ ਪੂਰਾ ਘਟਨਾਕ੍ਰਮ ਦੇਖਿਆ, ਜਲੰਧਰ ਦੇ ਵਿੱਚ ਟੋੜਾ ਪਰਿਵਾਰ, ਮਾਸਟਰ ਤਾਰਾ ਸਿੰਘ ਦਾ ਪਰਿਵਾਰ, ਪ੍ਰੇਮ ਸਿੰਘ ਚੰਦੂ ਮਾਜਰਾ, ਬੀਬੀ ਜਗੀਰ ਕੌਰ, ਸਾਰੇ ਇਕੱਠੇ ਹੁੰਦੇ ਨੇ, ਕਹਿੰਦੇ ਨੇ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਜਾਵੇ। ਦੂਜੇ ਪਾਸੇ ਸੁਖਬੀਰ ਬਾਦਲ ਦੇ ਨਾਲ ਬਲਵਿੰਦਰ ਸਿੰਘ ਭੁੰਦੜ ਆਉਂਦੇ ਨੇ, ਕਈ ਸਾਰੇ ਹੋਰ ਟਕਸਾਲੀ ਲੀਡਰ ਆਉਂਦੇ ਨੇ, ਉਹ ਕਹਿੰਦੇ ਨੇ ਕਿ ਬੀਜੇਪੀ ਇਹ ਸਾਰਾ ਕੁਝ ਕਰ ਰਹੀ ਹੈ, ਏਜੰਸੀਆਂ ਦਾ ਇਸਤੇਮਾਲ ਕਰ ਰਿਹਾ, ਬੀਜੇਪੀ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਖਤਮ ਜਾਂ ਤੋੜਨਾ ਚਾਹੁੰਦੀ ਹੈ। ਮੈਂ ਸਮਝਦਾ ਇੱਥੇ ਇਸ ਮਸਲੇ 'ਤੇ ਕੁਛ ਵੀ ਕਹਿਣਾ ਇਸ ਮਸਲੇ ਨੂੰ ਤੂਲ ਦੇਣ ਦੇ ਬਰਾਬਰ ਹੈ। ਬਿਹਤਰ ਹੁੰਦਾ ਵੀ ਜਿਹੜੇ ਲੋਕ ਇਹ ਇਲਜ਼ਾਮ ਲਗਾ ਰਹੇ ਹੈ ਉਹ ਆਪਣੇ ਅੰਦਰ ਝਾਤੀ ਮਾਰ ਕੇ ਦੇਖਦੇ, ਅਤੇ ਸ਼ਾਇਦ ਕਿਸੇ ਨਾ ਕਿਸੇ ਗੱਲ ਦਾ ਕੋਈ ਫਾਇਦਾ ਹੋਣਾ ਸੀਗਾ, ਕਿਉਂਕਿ ਅੱਖਾਂ ਮੀਚਣ ਨਾਲ ਉਹਨਾਂ ਦੀ ਆਪਦੀਆਂ ਕਮਜ਼ੋਰੀਆਂ ਨਹੀਂ ਲੁਕ ਸਕਦੀਆਂ। ਜੋ ਕੁਛ ਉਹਨਾਂ ਨੇ ਕੀਤਾ, ਜੋ ਉਹਨਾਂ ਦਾ ਪਿਛੋਕੜ ਰਿਹਾ, ਉਹਦੇ ਕੰਨੀ ਧਿਆਨ ਕਰਨ ਅਤੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਤਾਂ ਹੋ ਸਕਦਾ ਹੈ ਅਕਾਲੀ ਦਲ ਦਾ ਕੋਈ ਭਲਾ ਹੋ ਸਕਦਾ। ਅਤੇ ਇੱਕ ਇਹੋ ਜਿਹੇ ਮੋੜ 'ਤੇ ਖੜਾ ਅਕਾਲੀ ਦਲ ਵੀ ਅੱਜ ਵੀ ਜੇ ਉਹਨਾਂ ਨੂੰ ਹੋਸ਼ ਨਹੀਂ ਆਇਆ, ਜੇ ਅਕਲ ਨਹੀਂ ਆਈ, ਲੋਕਾਂ ਨੇ ਐਡਾ ਵੱਡਾ ਫਤਵਾ ਉਹਨਾਂ ਦੇ ਖਿਲਾਫ਼ ਦਿੱਤਾ, ਅਤੇ ਮੈਂ ਸਮਝਦਾ ਵੀ ਇਹਦੇ ਵਿੱਚ ਜਿਹੜੀਆਂ ਗੱਲਾਂ ਖਦਸੇ ਮੈਂ ਜ਼ਾਹਿਰ ਕੀਤੇ ਆ ਵੀ ਅੱਜ ਪੰਜਾਬ ਦੇ ਅੰਦਰ, ਚਾਹੇ ਪਹਿਲਾਂ ਸੰਗਰੂਰ ਦਾ ਬਾਈ ਇਲੈਕਸ਼ਨ ਹੋਇਆ ਸੀਗਾ, ਹੁਣ ਜੋ ਨਤੀਜੇ ਖਡੂਰ ਸਾਹਿਬ ਆਏ ਹੈ, ਜਾਂ ਜਿਸ ਤਰ੍ਹਾਂ ਫਰੀਦਕੋਟ ਆਏ ਹੈ, ਅਤੇ ਬਾਕੀ ਜਿਹੜਾ ਹੁਣ ਚਰਚਾਵਾਂ ਚੱਲ ਰਹੀਆਂ ਡੇਰੇ ਬਾਬਾ ਨਾਨਕ ਦੇ ਅੰਦਰ ਜਾਂ ਬਰਨਾਲੇ ਦੇ ਅੰਦਰ, ਕੱਲ੍ਹ ਕੋਈ ਇੱਕ ਹੋਰ ਸ਼ਗੂਫਾ ਵੀ ਛੱਡਿਆ ਗਿਆ ਵੀ ਕਹਿੰਦੇ ਗਿੱਦੜਵੇ ਵੀ ਇਸ ਕਿਸਮ ਦੇ ਕਈ ਲੋਕ ਜਿਹੜੇ ਹੈ ਉਹ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਹੈ। ਇਹ ਅਕਾਲੀ ਦਲ ਕਮਜ਼ੋਰ, ਅਕਾਲੀ ਦਲ ਦੀ ਲੀਡਰਸ਼ਿਪ ਕਮਜ਼ੋਰ ਹੋਣ ਕਰਕੇ ਇਸ ਕਿਸਮ ਦੇ ਅਨਸਰ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹੈ। ਅਤੇ ਮੈਂ ਸਮਝਦਾ ਵੀ ਸੁਖਬੀਰ ਬਾਦਲ ਜੀ ਜਾਂ ਦੂਜਾ ਜਿਹੜਾ ਖੇਮਾ ਹੈ ਉਹ ਆਪਸ 'ਚ ਬੈਠ ਕੇ ਅਸਲ ਮੁੱਦੇ 'ਤੇ ਜਾਣ ਵੀ ਕਿਉਂ ਬੀਜੇ ਜਿਹੜੀ ਅਕਾਲੀ ਦਲ ਹੈ ਅੱਜ ਕਿੱਥੇ ਆ ਕੇ ਖੜੀ ਹੈ, ਉਹਨਾਂ ਨੂੰ ਆਪਣੇ ਅੰਦਰ ਝਾਕੀ ਮਾਰਨੀ ਚਾਹੀਦੀ ਹੈ। ਭਵਿੱਖ ਤੁਸੀਂ ਕਿੱਥੇ ਦੇਖਦੇ ਹੋ ਜਦੋਂ ਦੋ ਫਾੜ ਹੁੰਦੀ ਹੋਈ ਅਕਾਲੀ ਦਲ ਨਜ਼ਰ ਆਉਂਦੀ? ਦੇਖੋ, ਇਹਨਾਂ ਨੂੰ ਆਪਣੀ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ 'ਤੇ। ਜਦੋਂ ਮੈਂ ਵਾਰੀ ਵਾਰੀ ਕਹਿੰਦਾ ਵੀ ਅਕਾਲੀ ਦਲ ਕਿਸੇ ਹੋਰ ਖੇਤਰੀ ਪਾਰਟੀ ਦੇ ਬਰਾਬਰ ਨਹੀਂ ਤੁਲਨਾ ਕੀਤੀ ਜਾ ਸਕਦੀ। ਬਹੁਤ ਸਾਰੇ ਲੋਕ, ਮੈਂ ਕਿਉਂਕਿ ਸਾਡਾ ਜਿਹੜਾ ਇਲਾਕਾ ਹੈ ਅਤੇ ਸਾਡਾ ਜਿਹੜਾ ਸਾਡੇ ਵੀ ਇਹਨਾਂ ਦੇ ਤਾਂ ਧਰਮੇਲੇ ਸੀਗੇ ਬਾਦਲ ਸਾਹਿਬ ਰਹਿੰਦੇ, ਸਾਡੇ ਤਾਂ ਰਿਸ਼ਤੇਦਾਰ ਹੈ ਇਹ ਚੁਟਾਲੇ ਵਾਲੇ ਅਤੇ ਬੈਠੇ ਜਿਹੜੇ, ਹਰੇਕ ਕੋਈ ਜੇ ਜੇ ਪੀ ਨਾਲ ਅਤੇ ਉਹਨਾਂ ਦੀ ਇਨੈਲੋ ਨਾਲ ਕੰਪੇਅਰ ਕਰਦਾ ਵੀ ਉਹਨਾਂ ਦੀ ਤਾਂ ਦੁਕਾਨ ਬੰਦ ਹੋ ਗਈ ਅਤੇ ਹੁਣ ਨੰਬਰ ਅਕਾਲੀ ਦਲ ਦਾ ਹੈ। ਨਹੀਂ, ਅਕਾਲੀ ਦਲ ਜਿਹੜਾ ਹੈ ਕਿਸੇ ਵੀ ਦੂਜੇ ਖੇਤਰੀ ਪਾਰਟੀ ਦੇ ਨਾਲ ਇਹਨੂੰ ਤੁਲਨਾ ਨਹੀਂ ਕੀਤੀ ਜਾ ਸਕਦੀ, ਨਾ ਜੇ ਜੇ ਪੀ ਨਾਲ, ਨਾ ਉਹਦਾ ਇੰਡੀਅਨ ਲੋਕ ਦਲ ਜਿਹੜਾ ਉਹਨਾਂ ਨਾਲ ਕੀਤੀ ਜਾ ਸਕਦੀ, ਕਿਉਂਕਿ ਅਕਾਲੀ ਦਲ ਪੰਥ ਦੀ ਨੁਮਾਇਆ ਰਾਜਨੀਤਿਕ ਜਮਾਤ ਹੈ, ਜਿੱਥੇ ਇਹਨਾਂ ਨੂੰ ਇੱਕ ਆਹ ਦਰਜਾ ਹਾਸਿਲ ਹੈ, ਇਹਨਾਂ ਨੂੰ ਇੱਕ ਸਪੈਸ਼ਲ ਐਗਜ਼ਾਲਟਿਡ ਸਟੇਟਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਹਾਸਿਲ ਹੈ। ਉੱਥੇ ਐਡੀ ਵੱਡੀ ਜ਼ਿੰਮੇਵਾਰੀ ਵੀ ਇਹਨਾਂ 'ਤੇ ਹੈ ਵੀ ਇਹ ਪੰਜਾਬ ਦੇ ਪ੍ਰਤੀ ਓਨਾ ਹੀ ਜ਼ਿਆਦਾ ਇਹਨਾਂ ਦਾ ਫਰਜ਼ ਵੀ ਬਣਦਾ। ਮੇਰੀ ਇੰਨੀ ਬੇਨਤੀ ਹੈ ਸਾਰੇ ਲੀਡਰਾਂ ਨੂੰ, ਚਾਹੇ ਉਹ
ਚੰਦੂ ਮਾਜਰਾ ਜੀ, ਬੀਬੀ ਜਗੀਰ ਕੌਰ ਜੀ ਵਾਲਾ ਖੇਮਾ ਹੈ, ਢੀਂਡਸਾ ਸਾਹਿਬ ਹੈ, ਇਧਰਲੇ ਪਾਸੇ ਪੁੰਦੜ ਸਾਹਿਬ ਹੈ ਜਾਂ ਸੁਖਬੀਰ ਬਾਦਲ ਜੀ ਹੈ, ਇਹਨਾਂ ਨੂੰ ਅੱਜ ਦੀ ਇਸ ਮੌਕੇ ਦੀ ਨਜ਼ਾਕਤ ਤੱਕ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਕਿਸ ਮੋੜ 'ਤੇ ਖੜ੍ਹੇ ਹੈ, ਜਿਹਨੂੰ ਕਹਿੰਦੇ ਨੇ ਟਿਪਿੰਗ ਪੁਆਇੰਟ, ਇੱਧਰਲੇ ਪਾਸੇ ਵੀ ਜਾ ਸਕਦੇ ਹੈ ਅਤੇ ਇਸ ਮੌਕੇ ਨੂੰ ਸੰਭਾਲ ਲੈਣ ਤਾਂ ਆਪਣੀ ਲੀਡਰਸ਼ਿਪ ਐਬਿਲਿਟੀ ਵੀ ਲੋਕਾਂ 'ਚ ਆਪਣੀ ਵਿਸ਼ਵਾਸਨੀਤਾ ਵੀ ਬਣਾ ਸਕਦੇ ਹੈ। ਪਰ ਜੇ ਇਸੇ ਤਰ੍ਹਾਂ ਆਪਸ 'ਚ ਖੈਬੋ ਖੈਬੀ ਹੁੰਦੇ ਰਹੇ ਅਤੇ ਇਲਜ਼ਾਮ ਦੂਜਿਆਂ 'ਤੇ ਲਾਉਂਦੇ ਰਹੇ ਤਾਂ ਫਿਰ ਤਾਂ ਨਿਬੜ ਗਿਆ, ਫਿਰ ਪੁੱਛਣ ਦੀ ਗੱਲ ਨਹੀਂ। ਆਹੀ ਹਾਲ ਇਹਨਾਂ ਦਾ ਹੋਣਾ ਜਿਹੜਾ ਹਰਿਆਣੇ 'ਚ ਹੋਇਆ, ਇਹਨਾਂ ਦਾ ਹੋ ਜਾਣਾ ਚਾਹੀਦਾ। ਤੁਸੀਂ ਹਰਿਆਣੇ ਦਾ ਜ਼ਿਕਰ ਕੀਤਾ, ਐਨਐਲਓ ਦਾ ਜ਼ਿਕਰ ਕੀਤਾ, ਜੇਜੇਪੀ ਦਾ ਜ਼ਿਕਰ ਕੀਤਾ, ਇਹੀ ਗੱਲ ਪੰਜਾਬ 'ਚ ਚਰਚਾ ਜਿਹੜੀ ਸ਼ੁਰੂ ਹੋ ਗਈ ਕਿ ਬੀਜੇਪੀ ਨੇ ਐਂਟਰੀ ਹਰਿਆਣੇ ਦੇ ਵਿੱਚ ਮਾਰੀ ਐਨਐਲਓ ਦੇ ਨਾਲ, ਫਿਰ ਐਨਐਲਓ ਦੇ ਵਿੱਚ ਦੋ ਫਾੜ ਕਰਾ ਦਿੱਤਾ, ਚਾਚਾ ਭਤੀਜਾ ਅਲੱਗ ਹੋ ਗਏ, ਜੇਜੇਪੀ ਆਈਐਨਐਲਡੀ ਬਣ ਗਈ ਔਰ ਉਸ ਦਾ ਫਾਇਦਾ ਸਿੱਧਾ ਬੀਜੇਪੀ ਨੂੰ ਮਿਲਿਆ, ਪਾਵਰਫੁਲ ਬੀਜੇਪੀ ਹੋ ਗਈ ਔਰ ਸੱਤਾ ਦੇ ਵਿੱਚ ਬੀਜੇਪੀ, ਔਰ ਹੁਣ ਜੇਜੇਪੀ ਵੀ ਹਾਲਤ ਖਰਾਬ ਹੈ, ਐਨਐਲਓ ਦੀ ਵੀ ਹਾਲਤ ਬੁਰੀ ਖਰਾਬ ਹੈ ਔਰ ਇਹੀ ਤਸਵੀਰ ਪੰਜਾਬ 'ਚ ਕਿ ਇੱਕ ਪਾਸੇ ਕਿਉਂਕਿ ਇੱਕ ਅੱਧਾ ਲੀਡਰ ਹੋਵੇ ਨਾ, ਜਿਵੇਂ ਢੀਂਡਸਾ ਪਰਿਵਾਰ ਇੱਕ ਲੀਡਰ ਸੀ, ਉਹਨਾਂ ਨੇ ਬਗਾਵਤ ਕੀਤੀ ਜਾਂ ਜਗੀਰ ਕੌਰ ਨੇ ਬਗਾਵਤ ਕੀਤੀ, ਇਸ ਵਾਰ ਤਾਂ ਇੱਕ ਲੰਬੀ ਫਹਿਰਿਸਤ, ਤਾਂ ਉਹ ਕਹਿੰਦੇ ਕਿ ਬੀਜੇਪੀ ਇਸ ਦੇ ਪਿੱਛੇ ਮਾਸਟਰ ਮਾਈਂਡ ਹੈ, ਕਤਪੁਤਲੀ ਦੇ ਤੌਰ 'ਤੇ ਇਹ ਸਾਰੇ ਲੀਡਰ ਕੰਮ ਕਰ ਰਹੇ ਆ, ਬੀਜੇਪੀ ਇਸ ਦੇ ਪਿੱਛੇ ਹੈ ਜਾਂ ਫਿਰ ਬੀਜੇਪੀ 'ਤੇ ਕਿਉਂ ਇਲਜ਼ਾਮ ਲੱਗ ਰਹੇ ਆ? ਬਿਲਕੁਲ ਨਹੀਂ ਸਾਹਿਬ, ਕਿਸੇ ਦੇ ਪਿੱਛੇ ਕੋਈ ਵੀ ਨਹੀਂ, ਬੀਜੇਪੀ ਦਾ ਇਹਨਾਂ ਦੇ ਆਪਸੀ ਜਿਹੜੀ ਲੜਾਈ ਹੈ ਉਹਦੇ ਵਿੱਚ ਬੀਜੇਪੀ ਦਾ ਕੋਈ ਰੋਲ ਨਹੀਂ। ਅਤੇ ਜਿੱਥੇ ਤਾਂ ਤੁਸੀਂ ਕਹਿ ਰਹੇ ਹੋ ਬੀਜੇਪੀ ਐਂਟਰ ਕੀਤਾ ਹਰਿਆਣੇ ਦੇ ਅੰਦਰ ਐਨਐਲਓ ਜਾਂ ਇਹਨਾਂ ਦੇ ਨਾਲ, ਬਿਲਕੁਲ ਨਹੀਂ ਸਾਹਿਬ। ਬੀਜੇਪੀ ਨਿਰੋਲ ਆਪਣੀ ਪਾਰਟੀ ਦੇ ਤੌਰ 'ਤੇ ਪਹਿਲੀ ਸਰਕਾਰ ਬਣੀ ਸੀ, ਦੂਜੀ ਵਾਰੀ ਜਦੋਂ ਆ ਬਣੇ ਉਹਦੇ ਵਿੱਚ ਇਹਨਾਂ ਦਾ ਪਰਿਵਾਰ ਤਾਂ ਪਹਿਲਾਂ ਹੀ ਦੋ ਫਾੜ ਹੋ ਗਿਆ ਸੀਗਾ। ਤੁਸੀਂ ਉਹ ਇਲਜ਼ਾਮ ਬੀਜੇਪੀ 'ਤੇ ਨਾ ਲਾਓ ਕਿਉਂਕਿ ਉਹ ਕਹਿੰਦੇ ਨੇ ਮਾੜਾ ਕੰਮ ਕੀ ਨੇ ਕੀਤਾ ਛੋਟੀ ਨੂੰਹ ਨੇ, ਤੁਸੀਂ ਹਰੇਕ ਗੱਲ ਜਿਹੜਾ ਇਹ 'ਚ ਪ੍ਰਤਾਪ ਬਾਜਵਾ ਜੀ ਕਾਂਗਰਸ ਕੰਨਿਓ ਕਰਦੇ ਤਾਂ ਬੀਜੇਪੀ ਕੰਨੀ, ਕਿਉਂਕਿ ਹਰੇਕ ਦਾ ਬੀਜੇਪੀ ਹੈ ਇੱਕ ਇਹੋ ਜਿਹੀ ਸੰਸਥਾ ਸਾਹਿਬ, ਅੱਜ ਸਾਰੇ ਦੇ ਸਾਹਮਣੇ ਨਿਗਾਹ 'ਚ ਸਾਰਿਆਂ ਨੂੰ ਫਰੰਟ ਬੀਜੇਪੀ ਦੇ ਖਿਲਾਫ਼ ਖੋਲ ਰੱਖਿਆ, ਪਰ ਇਕੱਠੇ ਆ ਕੋਈ ਵੀ ਨਹੀਂ, ਸਾਰਿਆਂ ਨੂੰ ਸੱਤਾ ਦਾ ਲਾਲਚ ਹੈ ਜਿਹਦੇ ਵਿੱਚ ਇਹ ਕਰ ਰਹੇ ਹੈ। ਪਰ ਸੱਤਾ ਦਾ ਅਗਰ ਰਸਤਾ ਮੈਂ ਕੋਈ ਇਹਨਾਂ ਨੂੰ ਸੀਖ ਦੇਣ ਵਾਲਾ ਹਾਂ ਨਹੀਂ, ਮੈਂ ਕੌਣ ਕਿਸੇ ਨੂੰ ਕੀ ਰਾਏ ਦਿਆਂ, ਪਰ ਮੇਰਾ ਮੰਨਣਾ ਹੈ ਵੀ ਅੰਦਰ ਝਾਤੀ ਮਾਰ ਕੇ ਦੇਖਣਾ ਹੈ, ਉਹੀ ਬੀਜੇਪੀ ਹੈ। ਸੁਖਬੀਰ ਬਾਦਲ ਜੀ, ਢੀਂਡਸਾ ਸਾਹਿਬ ਜਾਂ ਪੁੰਦੜ ਸਾਹਿਬ ਨੂੰ ਮੈਂ ਯਾਦ ਦਿਵਾਉਣਾ ਚਾਹੂੰਗਾ ਵੀ ਜਿਹਦੇ ਐਸ ਜੀ ਪੀ ਸੀ ਨੇ ਜਦੋਂ 550 ਸਾਲਾ ਮਨਾਇਆ ਗਿਆ ਅਤੇ ਆ ਲਾਂਘਾ ਖੁੱਲ੍ਹਿਆ, ਉਦੋਂ ਜਿਹੜਾ ਸਨਮਾਨ ਪੱਤਰ ਦਿੱਤਾ ਹੈ ਮੋਦੀ ਸਾਹਿਬ ਨੂੰ, ਮੈਂ ਲੈ ਕੇ ਆਊਂਗਾ ਐਤਕੀ ਤੁਹਾਡੇ ਵਾਲੇ ਸਟੂਡੀਓ 'ਚ ਮੈਂ ਭੇਜੂੰਗਾ ਅਤੇ ਉਹ ਤੁਹਾਨੂੰ ਦਿਖਾਊਂਗਾ ਵੀ ਉਹਨਾਂ ਨੇ ਉਦੋਂ ਕੀ ਕਿਹਾ ਸੀਗਾ। ਜੇ ਲਾਂਘਾ ਖੁੱਲ੍ਹਿਆ ਉਦੋਂ ਦੀ ਗੱਲ ਦੇਖੋ, ਅਤੇ ਜਦੋਂ ਇਹ ਸਾਥ ਸੀਗਾ, ਜਦੋਂ ਕਹਿੰਦੇ ਸੀ ਮੂੰਹ ਮਾਸ ਦਾ ਰਿਸ਼ਤਾ ਹੈ ਸਾਡਾ, ਭੁੱਲ ਗਏ ਸਾਹਿਬ ਉਹ ਗੱਲਾਂ? ਆਹ ਬੀਜੇਪੀ ਤਾਂ ਉਹੀ ਹੈ, ਉਹੀ ਬੀਜੇਪੀ ਹੈ ਜਿਹਦੇ ਵਿੱਚ ਤੁਸੀਂ ਰਹਿ ਕੇ ਤੁਸੀਂ ਘੱਟੋ ਘੱਟ ਇਸ ਗੱਲ ਦਾ ਬਹਾਦਰੀ ਲਓ, ਲੋਕਾਂ ਨੂੰ ਦੱਸੋ ਵੀ ਅਸੀਂ ਜਦੋਂ ਬੀਜੇਪੀ ਦੇ ਨਾਲ ਸੀਗੇ, ਅਸੀਂ ਲਾਂਘਾ ਵੀ ਖੁਲਵਾਇਆ, ਅਸੀਂ ਜਿਹੜੀ ਉਹ ਬਲੈਕ ਲਿਸਟ ਸੀਗੇ ਬਾਹਰ ਜਿਹੜੇ NRI ਸੀਗੇ ਉਹਨਾਂ ਨੂੰ ਜਿਹੜੇ ਨਹੀਂ ਆਉਣ ਦੇ ਰਹੇ ਸੀ ਉਹਨਾਂ ਨੂੰ ਉਹਨੂੰ ਕਰਟੇਲ ਕੀਤਾ, ਉਹਦੇ ਬਾਅਦ ਵੀ ਬੀਜੇਪੀ ਨੇ ਜੋ ਕੰਮ ਕੀਤੇ ਹੈ ਪੰਜਾਬ ਵਾਸਤੇ ਜਾਂ ਸਿੱਖ ਕੌਮ ਵਾਸਤੇ ਜਿਹੜੇ ਕੀਤੇ ਹੈ, ਸਾਹਿਬਜ਼ਾਦਿਆਂ ਦਾ ਵੀਰ ਬਾਲ ਦਿਵਸ ਅਗਰ ਅੱਜ ਦੇਸ਼ 'ਚ ਮਨਾਇਆ ਜਾ ਰਿਹਾ ਹੈ, ਉਸ ਗੱਲ ਨੂੰ ਸੁਖਬੀਰ ਜੀ ਜਾਂ ਢੀਂਡਸਾ ਸਾਹਿਬ ਜਾਂ ਪੁੰਦੜ ਸਾਹਿਬ ਕਿਉਂ ਭੁੱਲ ਰਹੇ ਹੈ? ਸੁਖਬੀਰ ਬਾਦਲ ਦੇ ਧੜੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਅਲਾਇੰਸ ਦੀ ਚਰਚਾ ਚੱਲੀ ਸੀ ਇਲੈਕਸ਼ਨ ਤੋਂ ਪਹਿਲਾਂ, ਉਦੋਂ ਇਹੀ ਲੀਡਰ ਚੰਦੂ ਮਾਜਰਾ ਜਾਂ ਸਿਕੰਦਰ ਸਿੰਘ ਮਲੂਕਾ ਕਹਿ ਰਹੇ ਸੀ ਬੀਜੇਪੀ ਨਾਲ ਅਲਾਇੰਸ ਕਰ ਲਓ, ਬੀਜੇਪੀ ਨਾਲ ਜਾਣਾ ਚਾਹੀਦਾ, ਇਹਨਾਂ ਨੂੰ ਕੁਰਸੀ ਦੀ ਲਾਲਚ। ਅਸੀਂ ਕਿਹਾ ਕਿ ਅਸੀਂ ਆਪਣੇ ਸਿਧਾਂਤਾਂ 'ਤੇ ਖੜੇ ਹਾਂ, ਅਸੀਂ ਜਿਹੜਾ ਵਾ ਸਾਨੂੰ ਰਾਜਭਾਗ ਦੀ ਲੋੜ ਨਹੀਂ ਹੈ, ਇਹ ਇਸ ਗੱਲ ਦਾ ਜ਼ਿਕਰ। ਇਹ ਸਿਧਾਂਤ, ਇਹ ਮਸਲੇ ਉਸ ਟਾਈਮ ਵੀ ਖੜੇ ਸੀਗੇ ਸਾਹਿਬ, ਜਦੋਂ ਆਹ ਨੂੰ ਮਾਸ ਦਾ ਰਿਸ਼ਤਾ ਸੀਗਾ ਉਦੋਂ ਵੀ ਇਹ ਮਸਲੇ, ਤਾਂ ਆਹ ਜਿਹੜੇ ਬੰਦੀ ਸਿੱਖਾਂ ਦੀ ਗੱਲ ਕਰੀ ਜਾਂਦੇ ਕਦੋਂ ਦੇ ਬੈਠੇ ਸਾਹਿਬ ਜੇਲ੍ਹ 'ਚ, ਉਹਦੇ ਬਾਅਦ ਕਿੰਨੇ ਸਾਲ ਇਹਨਾਂ ਨੇ ਸੱਤਾ ਦਾ ਸੁੱਖ ਭੋਗਿਆ, ਉਦੋਂ ਬੀਜੇਪੀ 'ਚ ਨੁਕਸ ਨਜ਼ਰ ਨਹੀਂ ਆਇਆ। ਦੇਖੋ ਇਹ ਗੱਲਾਂ ਲੋਕਾਂ ਨੂੰ ਭਰਮਿਤ ਕਰ ਸਕਦੇ ਆ, ਪਰ ਆਪਣੇ ਆਪ ਨੂੰ ਭਰਮਿਤ ਨਾ ਕਰਨ।
ਆਪਣੇ ਆਪ ਨੂੰ ਮੇਰੇ ਖਿਆਲ 'ਚ ਕਿਸੇ ਹਨੇਰੇ 'ਚ ਰੱਖਣਾ ਚਾਹੁੰਦੇ ਹਾਂ। ਜਿਹੜਾ ਕੰਮ ਮੈਂ ਸਮਝਦਾ ਵੀ ਜੇ ਇਹ ਇੱਕ ਆਪਣੇ ਆਪ ਨੂੰ ਕ੍ਰੈਡੀਬਲ ਫੋਰਸ ਬਣਾਉਣ, ਮੈਂ ਤਾਂ ਪੰਜਾਬ ਦੀ ਭਲਾਈ ਵਾਸਤੇ, ਕਿਉਂਕਿ ਅਗਰ ਜਦੋਂ ਪੰਥ ਦੀ ਨੁਮਾਇਆ ਕੌਮ ਹੈ ਤਾਂ ਹਰ ਕਿਸਮ ਦੇ ਜਿਹੜੇ ਲੋਕ ਇੱਧਰ ਉੱਧਰ ਹੁਣ ਤੁਰੇ ਫਿਰਦੇ ਹੈ ਉਹ ਫਰਿੰਜ ਐਲੀਮੈਂਟ ਮੇਨ ਸਟ੍ਰੀਮ 'ਚ ਆ ਜਾਣਗੇ। ਮੇਰਾ ਇੰਨਾ ਹੀ ਕਹਿਣ ਦਾ ਭਾਵ ਹੈ, ਬਾਕੀ ਇਹ ਜਾਣ ਇਹਨਾਂ ਦਾ ਭਵਿੱਖ ਜਾਣੇ ਕਿਹੜੇ ਖਾਤੇ 'ਚ, ਕਿਉਂਕਿ ਮੇਰਾ ਮੰਨਣਾ ਹੈ ਜੇ ਮੌਕਾ ਨਹੀਂ ਸੰਭਾਲਿਆ ਇਹਨਾਂ 'ਚੋਂ ਕਿਸੇ ਨੇ। ਮੈਂ ਹਮੇਸ਼ਾ ਪਹਿਲਾਂ ਸੁਖਬੀਰ ਜੀ ਦਾ ਨਾਮ ਲੈਂਦਾ ਸੀ, ਪਰ ਹੁਣ ਕਿਉਂਕਿ ਦੋ ਧੜੇ ਹੋਏ ਖੜੇ ਹੈ, ਮੈਂ ਅੱਜ ਕਿਸੇ ਇੱਕ ਧੜੇ ਦਾ ਨਾਮ ਲੈ ਦੂੰਗਾ, ਸੁਨੀਲ ਉਹ ਕਹਿਣਗੇ ਵੀ ਬੀਜੇਪੀ, ਉਹਨਾਂ ਦੇ ਪਿੱਛੇ ਕੋਈ ਵੀ ਇਹਨਾਂ 'ਚੋਂ ਕੋਈ ਵੀ ਲੀਡਰ, ਚਾਹੇ ਬੀਬੀ ਜੀ ਹੈ, ਚਾਹੇ ਸੁਖਬੀਰ ਜੀ ਹੈ, ਚਾਹੇ ਢੀਂਡਸਾ ਸਾਹਿਬ ਹੈ, ਜਾਂ ਕਿਹੜਾ ਵੀ ਸਾਹਿਬ ਇਹਨਾਂ 'ਚੋਂ, ਜਿਹੜੇ ਮੌਕਾ ਸਾਂਭ ਲੂਗਾ ਅਤੇ ਕੌਮ ਅਤੇ ਪੰਥ ਦਾ ਭਲਾ ਕਰਨਗੇ, ਅਤੇ ਜੇ ਮੌਕਾ ਨਹੀਂ ਸਾਂਭਿਆ ਸਾਹਿਬ ਤਾਂ ਇਹਨਾਂ ਜਿਹੜੇ ਧਰਮ ਭਾਈ ਹੈ ਉਹਨਾਂ ਵਰਗਾ ਹਾਲ ਇਹਨਾਂ ਦਾ ਹੋਜੂਗਾ। ਮੌਕਾ ਸਾਂਭ ਕੇ ਮੌਕਾ ਸੰਭਾਲੋ, ਇਸ ਮੌਕੇ ਨੂੰ ਜਦੋਂ ਅੱਜ ਤੁਹਾਡੇ 'ਤੇ ਭੀੜ ਪਈ ਹੈ ਅਕਾਲੀ ਦਲ ਦੇ ਉੱਤੇ, ਉਸ ਭੀੜ ਨੂੰ ਤੁਸੀਂ ਜਿਹੜਾ ਉਹਨੂੰ ਇੱਕ ਅਪਰਚੁਨਿਟੀ 'ਚ ਕਨਵਰਟ ਕਰੋ, ਲੀਡਰਸ਼ਿਪ ਐਬਿਲਿਟੀ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਦੀ ਬੀਜੇਪੀ ਨਾਲ ਬੜੀ ਅੱਛੀ ਟਿਊਨਿੰਗ ਸੀ, ਇੱਕ ਬੜੀ ਅੱਛੀ ਅੰਡਰਸਟੈਂਡਿੰਗ ਸੀ। ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ, ਲਗਾਤਾਰ ਅਕਾਲੀ ਦਲ ਬੀਜੇਪੀ ਦੇ ਰਿਸ਼ਤਿਆਂ 'ਚ ਖਟਾਸ ਆਈ ਔਰ ਇਸ ਵੇਲੇ ਤਾਂ ਬਿਲਕੁਲ ਖਤਮ ਹੋ ਗਏ, ਕੀ ਵਜ੍ਹਾ ਲੱਗਦੀ ਹੈ? ਕਿਉਂਕਿ ਹੁਣ ਜਿਹੜਾ ਬਾਗੀ ਧੜਾ ਵਾ ਜਾਂ ਜਿਹੜੇ ਚੰਦੂ ਮਾਜਰਾ ਸਾਹਿਬ ਨੇ ਉਹ ਕਹਿੰਦੇ ਪ੍ਰਧਾਨ ਬਦਲ ਦਿਓ, ਪ੍ਰਧਾਨ ਉਤਾਰ ਦਿਓ, ਚੀਜ਼ਾਂ ਸਾਰੀਆਂ ਠੀਕ ਹੋ ਜਾਣਗੀਆਂ। ਦੇਖੋ ਕੀ ਨੇ ਪ੍ਰਧਾਨ ਬਣਨਾ ਹੈ ਕਿ ਨਹੀਂ ਬਣਨਾ, ਪ੍ਰਧਾਨਗੀ ਆਪਸ 'ਚ ਕਿਸੇ ਦੇ ਸਿਰ 'ਤੇ ਤਾਜ ਰੱਖਣ ਨਾਲ, ਜਿਵੇਂ ਹਮੇਸ਼ਾ ਕਹਿੰਦੇ ਨੇ ਉਹ ਸਿਰ 'ਤੇ ਪੱਗ ਰੱਖਣ ਨਾਲ ਕੋਈ ਸਰਦਾਰ ਨਹੀਂ ਬਣਦਾ ਅਤੇ ਆਪਣੇ ਨਾਮ ਦੇ ਪਿੱਛੇ ਪ੍ਰਧਾਨ ਲਿਖਣ ਨਾਲ ਕੋਈ ਪ੍ਰਧਾਨ ਨਹੀਂ ਬਣਦਾ ਸਾਹਿਬ। ਪ੍ਰਧਾਨ ਉਹ ਜਿਹਨੂੰ ਲੋਕ ਮੰਨੇ, ਦੁਲਨ ਵਈ ਜੋ ਪੀਆ ਮਨ ਬਾਏ, ਅਤੇ ਉਹਦੇ ਵਿੱਚ ਲੋਕ ਕਿਹਨੂੰ ਕਬੂਲ ਕਰਦੇ ਆ ਸਾਹਿਬ? ਉਹ ਤੁਸੀਂ ਆਪਣੀ ਕਮਜ਼ੋਰੀਆਂ ਦੇਖੋ ਵੀ ਕਿਸ ਕਰਕੇ ਲੋਕਾਂ ਨੇ ਤੁਹਾਨੂੰ ਨਕਾਰਤਾ, ਅਕਾਲੀ ਦਲ ਨੂੰ ਨਕਾਰਿਆ, ਅਕਾਲੀ ਦਲ ਦੀ ਪੋਲਿਸੀਜ਼ ਨੂੰ ਨਕਾਰਿਆ ਜਾਂ ਲੀਡਰਸ਼ਿਪ ਨੂੰ ਨਕਾਰਿਆ? ਉਹ ਗੱਲਾਂ ਜਦੋਂ ਅੰਦਰ ਬੈਠ ਕੇ ਦੇਖਣਗੇ ਮੈਂ ਸਮਝਦਾ ਸਾਰਾ ਮਸਲਾ ਸਾਫ਼ ਸਾਹਮਣੇ ਆਜੂਗਾ। ਭਲਾਈ ਉਹਨਾਂ ਦੀ ਇਸੇ 'ਚ ਹੈ, ਬਾਕੀ ਕਰਨਾ ਉਹਨਾਂ ਨੇ ਆਪਣੀ ਮਰਜ਼ੀ ਹੈ ਸਾਹਿਬ। ਇਸ ਤੋਂ ਹੋਰ ਕਿੱਥੇ ਜਾਣਗੇ? 13 ਤੋਂ 1 ਤੇ ਆ ਗਏ, ਪਹਿਲਾਂ ਤਾਂ ਕਹਿੰਦੇ ਸੀ ਵੀ ਬੀਜੇਪੀ ਸਾਨੂੰ ਨਹੀਂ ਬਦਲਣ ਦਿੰਦੀ, ਹੁਣ ਸਾਰੀ ਦੀ ਸਾਰੀ ਸੀਟਾਂ ਤੁਹਾਡੇ ਕੋਲ ਸੀਗੀਆਂ, ਨਤੀਜੇ ਤੁਹਾਡੇ ਸਾਹਮਣੇ। ਇੱਕ ਇਹ ਵੀ ਚਰਚਾ ਚੱਲਦੀ ਹੈ, ਕਹਿੰਦੇ ਕਿ ਬੀਜੇਪੀ ਦੀ ਸਟ੍ਰੈਟਜੀ ਇਹ ਵੀ ਹੈ ਕਿ ਬਾਦਲ ਪਰਿਵਾਰ ਨੂੰ ਸਾਈਡ 'ਤੇ ਕਰਕੇ ਅਕਾਲੀ ਦਲ ਨਾਲ ਅਲਾਇੰਸ ਕਰੇਗੀ, ਇਸੇ ਕਰਕੇ ਚੰਦੂ ਮਾਜਰਾ, ਜਗੀਰ ਕੌਰ, ਤੋੜਾ ਪਰਿਵਾਰ, ਮਾਸਟਰ ਤਾਰਾ ਸਿੰਘ ਪਰਿਵਾਰ, ਇਹ ਸਾਰਾ ਅਕਾਲੀ ਦਲ ਨੂੰ ਇੱਕ ਪੂਰਾ ਅੱਗੇ ਕਰਨਗੇ। ਜਿਵੇਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਤੋਂ ਵੱਖਰੇ ਹੋਏ ਸ਼ਿੰਦੇ ਗਰੁੱਪ ਬਣਾ ਲਿਆ, ਇਹੀ ਚੀਜ਼ ਇੱਥੇ ਹੋਏਗੀ ਕਿ ਬਾਦਲ ਪਰਿਵਾਰ ਸਾਈਡ 'ਤੇ ਕਰਕੇ ਉਹਨਾਂ ਨੂੰ ਡੈਡ ਕਰਕੇ ਦੂਜੇ ਨੂੰ ਉਭਾਰ ਕੇ ਅਕਾਲੀ ਦਲ ਦੇ ਨਾਲ ਫਿਰ ਬੀਜੇਪੀ ਚੱਲੇਗੀ। ਇਹ ਗੱਲਾਂ ਜਿਹੜੇ ਲੋਕ ਕਰ ਰਹੇ ਨੇ ਸਭ, ਚਾਹੇ ਉਹ ਕਾਂਗਰਸ ਹੀ ਕਰ ਰਹੇ ਹੈ ਚਾਹੇ ਇਹਨਾਂ ਦੇ ਅਕਾਲੀ ਦਲ 'ਚ ਕਰ ਰਹੇ, ਇਹਨਾਂ ਨੂੰ ਅੱਜ ਤਾਈਂ ਆਹ ਇੱਕ ਬੇਸਿਕ ਗੱਲ ਸਮਝ ਨਹੀਂ ਆਈ, ਪੰਜਾਬ ਮਹਾਰਾਸ਼ਟਰ ਨਹੀਂ ਹੈ ਸਾਹਿਬ, ਪੰਜਾਬ ਕੋਈ ਹੋਰ ਸੂਬਾ ਨਹੀਂ, ਪੰਜਾਬ ਦੀ ਇੱਕ ਵਿਲੱਖਣ ਸ਼ਖਸੀਅਤ ਹੈ, ਪੰਜਾਬ ਦੀ ਇੱਕ ਵਿਲੱਖਣ ਪਛਾਣ ਹੈ ਸਾਹਿਬ। ਜਿਹੜਾ ਕੋਈ ਵੀ ਇਸ ਕਿਸਮ ਦੀ ਗਲਤੀ ਕਰੂਗਾ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਕੋਈ ਕਾਂਗਰਸ ਹੈ, ਚਾਹੇ ਕੋਈ ABC ਹੈ, ਚਾਹੇ BJP ਹੈ, ਉਹ ਇੱਥੇ ਪੰਜਾਬ 'ਚ ਪੈਰ ਨਹੀਂ ਲੱਗ ਸਕਦੇ ਸਾਹਿਬ। ਪੰਜਾਬ ਦੀ ਆਪਣੀ ਵਿਲੱਖਣ ਪਛਾਣ ਹੈ, ਉਹਦੀ ਆਪਣੀ ਵਿਲੱਖਣ ਇੱਥੇ ਦੀ ਸਮੱਸਿਆਵਾਂ ਹੈ, ਉਹਨਾਂ ਦਾ ਹੱਲ ਜਿਹੜਾ ਹੈ ਪੰਜਾਬੀ ਹੀ ਬੈਠ ਕੇ ਕੱਢਣਗੇ। ਕੋਈ ਦਿੱਲੀਓਂ ਕੱਢਣਾ ਚਾਹੇ, ਚਾਹੇ ਕੇਜਰੀਵਾਲ ਸਾਹਿਬ ਅਤੇ ਚਾਹੇ ਭਗਵੰਤ ਮਾਨ ਜੀ ਉਹਨਾਂ ਦਾ ਇੱਥੇ ਨੁਮਾਇੰਦੇ ਬੈਠੇ ਹੈ, ਜਾਂ ਸੁਖਬੀਰ ਜੀ ਦੇ ਜਿਹੜੇ ਸਲਾਹਕਾਰ ਬੈਠੇ ਉਹਨਾਂ ਨੂੰ ਆ ਗੱਲਾਂ ਸਮਝਾ ਰਹੇ ਆ ਵੀ BJP ਦੇ ਖਾਤੇ 'ਚ ਪਾ ਦਿਓ, ਜਾਂ ਪ੍ਰਤਾਪ ਬਾਜਵਾ ਜੀ ਵਿਚਾਲੇ ਆਪਣਾ ਸ਼ੋਸ਼ਾ ਛੱਡੀ ਜਾਂਦੇ ਹੈ। ਸਭ ਪੰਜਾਬ ਨੂੰ ਪੰਜਾਬੀ ਹੀ ਸਮਝ ਸਕਦੇ ਹੈ, ਪਹਿਲਾਂ ਇਹਨਾਂ ਲੋਕਾਂ 'ਚ ਉਹ ਗੱਲ ਹੈ ਹੀ ਨਹੀਂ।